Koniak. ਸਰਬ ਦਾ ਪਰਮਾਤਮਾ ਦਾ ਪਿਆਰਾ ਪੰਜਾਬ ਦੇ ਲੋਕਾਂ ਦਾ ਸਭਾ ਦਾ ਸਾਰਿਆਂ ਦਾ ਸ਼ੁਕਰਾਨਾ ਤਾਂ ਕਿ ਜਿਹਨਾਂ ਨੇ ਸਾਨੂੰ ਇੱਡੀ ਵੱਡੀ ਜ਼ਿੰਮੇਵਾਰੀ ਮੈਨੂੰ ਔਰ ਮੇਰੇ ਛੋਟੇ ਵੀਰ ਸ਼ਹਿਰੀ ਕਲਸੀ ਨੂੰ ਦਿੱਤੀ ਹੈ ਵਰਕ ਪ੍ਰੈਜ਼ੀਡੈਂਟ ਔਰ ਵਰਕ ਪ੍ਰੈਜ਼ੀਡੈਂਟ ਬਣਾ ਕੇ ਉਹਦਾ ਸ਼ੁਕਰਾਨਾ ਕਰਨ ਲਈ ਔਰ ਜੋ ਬਾਈ ਇਲੈਕਸ਼ਨ ਦੀ ਬਹੁਤ ਵੱਡੀ ਜਿੱਤ ਪੰਜਾਬ ਦੇ ਲੋਕਾਂ ਨੇ ਪਾਰਟੀ ਨੂੰ ਬਖਸ਼ਿਆ ਸ਼ੁਕਰਾਨਾ ਕਰਨ ਲਈ ਔਰ ਸਮੁੱਚੇ ਪੰਜਾਬ ਦੀ ਅੱਜ ਪਟਿਆਲੇ ਕਾਲੀ ਮਾਤਾ ਜੀ ਦੇ ਮੰਦਿਰ ਤੋਂ ਅੰਮ੍ਰਿਤਸਰ ਦਰਬਾਰ ਸਾਹਿਬ ਸ਼ੁਕਰਾਨਾ ਕਰਕੇ ਜੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਚੱਲੇ ਤਾਂ ਕਿ ਇਸੇ ਤਰੀਕੇ ਦੇ ਨਾਲ ਸਾਰੇ ਰਾਜਪੂਤ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕਦੇ। ਕਿਸਾਨਾਂ ਦੇ ਜ਼ਖਮਾਂ ਦੇ ਅੱਲੇ ਜ਼ਖਮਾਂ ਦੇ ਉੱਪਰ ਉਹ ਨਮਕ ਨਾ ਛਿੜਕਣ। ਚਲੋ ਹੁਣ ਸੁਪਨੇ ਦੇਖਣਾ ਆਪਾਂ ਥੋੜ੍ਹਾ ਕਿਸੇ ਨੂੰ ਰੋਕ ਸਕਦੇ ਹਾਂ। ਸੁਪਨੇ ਕੇਜਰੀਵਾਲ ਸਾਹਿਬ ਦੇ ਡਾਇਰੈਕਸ਼ਨ ਨੇ ਜਿਹੜੀ ਉਹਨਾਂ ਨੂੰ ਬੈਠ ਕੇ ਲਵਾਂਗੇ, ਉਹਨਾਂ ਤੋਂ ਮਾਨ ਸਾਹਿਬ ਨਾਲ ਡਿਸਕਸ਼ਨ ਹੋਊਗੀ, ਸਾਰਾ ਸਮਝਾਉਣ ਜਿਵੇਂ ਕਹੂਗਾ ਉਸ ਹਿਸਾਬ ਦਾ ਫੈਸਲਾ ਜਿਹੜਾ ਆਉਣ ਵਾਲੇ ਸਮੇਂ 'ਚ ਲਿਆ ਜਾਊਗਾ। ਡੈਫੀਨੇਟਲੀ ਜਿਹੜਾ ਬੰਦਾ ਕੰਮ ਕਰਦਾ ਉਹਦਾ ਕੰਮ ਅਣਗੋਲਿਆ ਨਹੀਂ ਰਹੂਗਾ, ਉਹਦੇ ਕੰਮ ਨੂੰ ਰਿਕੋਗਨੀਸ਼ਨ ਮਿਲੂਗੀ। ਮੈਂ ਸਾਰੇ ਨੂੰ ਬੇਨਤੀ ਕਰਦਾ ਖੜੇ ਹੋ ਕੇ ਪੰਜਾਬ ਔਰ ਪਾਰਟੀ ਦੇ ਲਈ ਕੰਮ ਕਰਦੇ ਰਹੋ। ਤੁਹਾਡੇ ਸਾਹਮਣੇ ਜੀ ਇੰਨਾ ਪਿਆਰ ਮਿਲ ਰਿਹਾ ਪੂਰੇ ਪੰਜਾਬ ਦੇ ਵਿੱਚ, ਹੋਰ ਮਿਲ ਸਕਦਾ ਮੈਂ ਕਿਹਾ ਜੀ ਆਪਾਂ ਤੇ 117 ਤੱਕ ਦਾ ਟੀਚਾ ਜਿਹੜਾ ਉੱਥੋਂ ਤੱਕ ਬੰਦ ਕਰਾਂ, ਇਹਨਾਂ ਨੂੰ ਵੱਧ ਹੀ ਰਹੇ ਆ, ਘੱਟ ਨਹੀਂ ਰਹੇ। ਪਰ ਵਿਰੋਧੀ ਜਿਹੜੇ ਨੇ ਉਹ ਬੋਲਣੋਂ ਹਟਦੇ ਨਹੀਂ ਸੀ। ਅਸੀਂ ਕਿਹਾ ਸੀ ਅਸੀਂ ਨਹੀਂ ਬੋਲਣਾ, ਸਾਡੇ ਕੰਮ ਬੋਲਣਗੇ। ਅੱਜ ਲੋਕ ਆਪ ਬੋਲ ਰਹੇ ਨੇ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਚੜ੍ਹਦੀ ਕਲਾ ਹੋ ਰਹੀ ਆ ਉਹਦੇ ਵਾਸਤੇ ਲੋਕਾਂ ਦੇ ਜਿਹੜੇ ਕੰਮ ਕੀਤੇ ਨੇ, ਕਿਉਂਕਿ ਜਿਹੜੀਆਂ ਸਰਕਾਰਾਂ ਵਾਅਦੇ ਕਰਦੀਆਂ ਸੀ ਪਹਿਲਾਂ ਪੂਰੇ ਨਹੀਂ ਸੀ, ਪਰ ਇਸ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਮੌਕਾ ਦਿੱਤਾ ਆਸਤੇ ਆਸਤੇ ਸਾਰੇ ਵਾਅਦੇ ਪੂਰੇ ਕਰਨ ਪਤਾ ਹੀ ਹੈ ਇਸ ਪੋਜੀਸ਼ਨ 'ਤੇ ਹੈ। ਠੀਕ ਹੈ, ਨਵਾਂ ਢਾਂਚਾ ਵੀ ਬਣਾਇਆ
ਤੁਸੀਂ ਜਿਹੜੇ ਜਿਹੜੇ ਮਿਹਨਤ ਕਰਨ ਵਾਲੇ ਲੋਕ ਨੇ ਵਰਕਰ ਨੇ ਉਹ ਸਾਰੇ ਉਹਨਾਂ ਨੂੰ ਦੇਖ ਕੇ ਹਰ ਇੱਕ ਨੂੰ ਅੱਗੇ ਕੀਤਾ ਜਾਊਗਾ।